Hi, we've just reached Nankana Sahib Gurdwara in Nankana Sahib district, Pakistan. It's 12 o'clock midnight, Friday, and just got here. And quite an amazing experience so far. Just been refreshed. There's thousands of people here locally from India, from the UK, Europe, and many hundreds of locals. And I've never really seen this many lights in one place. This is the birthplace of Shri Guru Nanak Dev Ji, Gurdwara Janmasthan Nankana Sahib. And for many years I've been wanting to come here. And finally that wish has been fulfilled. ਕਾਰ ਸਤਿਗੁਰ ਪ੍ਰਸਾਦ ਸੋ ਦਸੇਰਾ ਕਿਹਾ ਸੋ ਕਰਕੇ ਹੈ ਜਿਤ ਵੈ ਸਰਬ ਸਮਾਰੇ ਵਾਜੇ ਤੇਰੇ ਨਾਥ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੇ ਸਿਓ ਕਹਿਤੇ ਕੇਤੇ ਤੇਰੇ ਗਾਵਣ ਹਾਰੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨਾ ਜਾਏ ਤੇ ਤਿਰ ਵਡਿਆਈ ਇਹ ਜੀ ਉਹ ਸਥਾਨ ਹੈ ਜੋ ਕਿ 22 ਫਰਵਰੀ 1921 ਦੇ ਵਿੱਚ ਜਦੋਂ ਮਹੰਤ ਨਰਾਣੂ ਨੇ ਸਿੰਘਾਂ ਨੂੰ ਇੱਥੇ ਜਾਣ ਦੇ ਨਾਲ ਜਿਉਂਦੇ ਸਾੜਿਆ ਸੀ ਸ਼ਹੀਦ ਭਾਈ ਲਛਮਣ ਸਿੰਘ ਸ਼ਹੀਦ ਭਾਈ ਦਲੀਪ ਸਿੰਘ ਅਤੇ ਉਹਦੀ ਯਾਦ ਦੇ ਵਿੱਚ ਇਹ ਸ਼ਹੀਦੀ ਦੀਵਾਨ ਸਥਾਨ ਸੱਜਿਆ ਹੈ ਜਿਹੜੀ ਤੁਸੀਂ ਇਹ ਸੋਨੇ ਦੀ ਪਾਲਕੀ ਦੇਖ ਰਹੇ ਹੋ ਇਹ ਅੱਜ ਤੋਂ ਕੁਝ ਵਰੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵੱਲੋਂ ਸਾਹਿਬ ਪਰਮਜੀਤ ਸਿੰਘ ਸਰਨਾ ਨਗਰ ਕੀਰਤਨ ਦੇ ਤੌਰ 'ਤੇ ਦਿੱਲੀ ਤੋਂ ਤੁਰ ਕੇ ਆਪਣਾ ਨਨਕਾਣਾ ਸਾਹਿਬ ਆਏ ਸੀਗੇ ਅਤੇ ਉਦੋਂ ਉਹਨਾਂ ਨੇ ਪਾਲਕੀ ਜਿਹੜੀ ਸੀ ਇੱਥੇ ਸੇਵਾ ਵੱਲੋਂ ਨਨਕਾਣਾ ਸਾਹਿਬ ਭੇਟ ਕੀਤੀ ਸੀਗੀ ਇਹ ਉਹ ਸਥਾਨ ਹੈ ਅਤੇ ਇਸ ਪਾਸੇ ਮੇਰੇ ਸੱਜੇ ਹੱਥ ਜੋ ਹੈ ਜਨ ਸਾਹਿਬ ਹੈ ਅਤੇ ਨਨਕਾਣਾ ਸਾਹਿਬ ਦਾ ਮੇਨ ਜਨ ਸਥਾਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਮੇਨ ਜਗ੍ਹਾ ਹਨ ਜੋ ਕਿ ਆਪਦਾ ਇਹਦੇ ਸੀਨ ਤੁਹਾਨੂੰ ਦਿਨ ਵੇਲੇ ਵੀ ਵਿਖਾਏ ਜਾਣਗੇ ਪ੍ਰਬੰਧ ਤਾਂ ਇੱਥੇ ਦਾ ਬਹੁਤ ਸੋਹਣਾ ਆ ਪਰ ਗੁਰਦਿਆਂ ਦੀ ਜਿੱਦਾਂ ਹੋਰ ਗੁਰਦਿਆਂ ਦੀ ਹਾਲਤ ਜਿਹੜੀ ਆ ਨਾ ਉਹ ਬਹੁਤ ਖਸ ਖਸ ਹੋ ਚੁੱਕੀ ਆ ਅਤੇ ਕੋਈ ਮਤਲਬ ਦਿੰਦਾ ਖਿਆਲ ਨਹੀਂ ਦਿੰਦਾ ਗੁਰਦੁਆਰਿਆਂ ਵੱਲੋਂ ਕੋਈ ਦੇਣਾ ਚਾਹੀਦਾ ਕਿ ਸੋਹਣੇ ਨਾਈਸ ਬਣ ਸਾਡੇ ਗੁਰੂ ਦੇ ਘਰ ਕਈਆਂ ਗੁਰਦੁਆਰੇ ਦੇਖੋ ਕਿੰਨਾ ਉਹਨਾਂ ਦਾ ਦੇਖ ਕੇ ਮਨ ਨੂੰ ਦੁੱਖ ਲੱਗਦਾ ਆ ਤੇ ਕੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਜਿੱਥੇ ਹੁਣ ਕਈ ਸਾਲ ਪਹਿਲਾਂ ਤਾਂ ਬਿਲਕੁਲ ਹੀ ਬਿਲਕੁਲ ਬੰਦ ਸੀ ਇਹ ਵੀ ਬਹੁਤ ਖੁਸ਼ੀ ਆ ਵੀ ਖੁੱਲ੍ਹ ਸਾਨੂੰ ਆਉਣ ਦੀ ਇਜਾਜ਼ਤ ਮਿਲ ਗਈ ਅਸੀਂ ਇੱਥੇ ਆ ਕੇ ਦਰਸ਼ਨ ਕਰ ਸਕੇ ਹਾਂ ਇੰਨੀ ਬਹੁਤ ਖੁਸ਼ੀ ਹੋਈ ਸਾਨੂੰ ਅਸੀਂ ਇਸ ਕਹਿੰਦੇ ਸਾਰੇ ਆ ਕੇ ਇੱਥੇ ਦਰਸ਼ਨ ਕਰੋ ਬਾਬਾ ਜੀ ਦੇ ਦਰ 'ਤੇ ਆ ਕੇ ਸਾਰੇ ਖੁਸ਼ੀਆਂ ਲੈਣ ਇਹਨਾਂ ਨੇ ਬਾਬੇ ਦੇ ਦਰ ਤੋਂ ਆ ਕੇ ਅਸੀਂ ਮਸੀਹ ਸਾਨੂੰ ਇਹ ਮਿਲਿਆ ਮੌਕਾ ਆਉਣ ਦਾ ਇੱਥੇ ਇਸੇ ਤਰ੍ਹਾਂ ਸਭ ਸਾਰੀ ਦੁਨੀਆ ਇੱਥੇ ਆਵੇ ਤਾਂ ਗੁਰੂ ਘਰ ਦੇ ਦਰਸ਼ਨ ਕਰਨ ਮਾਲਕ ਦੇ ਸੱਚੇ ਪਾਤਸ਼ਾਹ ਦੇ ਆ ਕੇ ਇੱਥੇ ਕਈ ਗੁਰਦੁਆਰੇ ਨੇ ਜਿਨ੍ਹਾਂ ਦੀ ਅਜੇ ਸੇਵਾ ਕਰਾਉਣ ਵਾਲੀ ਪਈ ਹੈ ਜਿੱਥੇ ਮਹਾਰਾਜ ਦਾ ਅਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਬਿਲਡਿੰਗਾਂ ਦੀ ਬੜੀ ਮਾੜੀ ਹਾਲਤ ਹੈ ਕੁਝ ਤਾਂ ਕਾਰ ਸੇਵਾ UK ਵਾਲਿਆਂ ਨੇ ਕਈ ਸਥਾਨਾਂ ਦੀ ਸੇਵਾ ਕੀਤੀ ਹੈ ਪਰ ਕਈ ਸਥਾਨ ਜਿਹੜੇ ਨੇ ਉਹ ਅਜੇ ਬੜੇ ਮਾੜੀ ਹਾਲਤ 'ਚ ਨੇ ਉੱਥੇ ਸੰਗਤਾਂ ਨੂੰ ਆਉਣਾ ਚਾਹੀਦਾ ਹੈ ਇਸ ਕੰਮ ਲਈ ਮਾਇਆ ਦੀ ਬੜੀ ਲੋੜ ਮਾਇਆ ਦੇ ਕੇ ਸਾਰੀ ਸੰਗਤਾਂ ਸਹਿਯੋਗ ਦੇ ਨਾਲ ਆਪਣੇ ਜਿਹੜੇ ਆਪਣੇ ਇਤਿਹਾਸਿਕ ਸਥਾਨ ਨੇ ਗੁਰੂਆਂ ਦੇ ਉਹਨਾਂ ਨੂੰ ਬਣਾ ਚਾਹੀਦੇ ਸਪੈਸ਼ਲੀ 5ਵੇਂ ਪਾਤਸ਼ਾਹ ਦਾ ਸ਼ਹੀਦੀ ਸਥਾਨ ਲਾਹੌਰ ਦੇ ਵਿੱਚ ਉਸ ਨੂੰ ਬਹੁਤ ਵੱਡਾ ਅਤੇ ਵਧੀਆ ਬਣਾਉਣਾ ਚਾਹੀਦਾ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤਾਂ ਬਹੁਤ ਵੱਡੀ ਬਣਾਈ ਹੈ ਪਰ ਮਹਾਰਾਜ ਦਾ ਸਥਾਨ ਬਹੁਤ ਨੀਵਾਂ ਹੈ ਉੱਥੇ ਆਪਣੇ ਸਿੱਖ ਪੰਥ ਨੂੰ ਸਪੈਸ਼ਲੀ ਉਹ ਸਥਾਨ ਨੂੰ ਅਤੇ ਹੋਰ ਵੀ ਬਹੁਤ ਸਾਰੇ ਭਾਈ ਤਾਰੂ ਸਿੰਘ ਦਾ ਸਥਾਨ ਉਹ ਸਾਰੇ ਸਥਾਨ ਵਧੀਆ ਬਣਾਉਣੇ ਚਾਹੀਦੇ ਨੇ ਭਾਈ ਤਾਰੂ ਸਿੰਘ ਦਾ ਦੇਖੋ ਉਹਨੇ ਕਿੰਨੀ ਕੁਰਬਾਨੀ ਦਿੱਤੀ ਉਹਨਾਂ ਦਾ ਕੁਛ ਬਣਿਆ ਨਹੀਂ ਉੱਥੇ ਹੈਗਾ
ਤੇ ਸਾਰਾ ਕੁਝ ਬਣਨਾ ਚਾਹੀਦਾ। ਅਸੀਂ ਇਹ ਚਾਹੁੰਦੇ ਹਾਂ ਕਿ ਆਪਣੇ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਨਾਂ ਰੋਸ਼ਨ ਹੋਣਾ ਚਾਹੀਦਾ, ਉਹਨਾਂ ਦੀ ਚੀਜ਼ ਬਣਨੀ ਚਾਹੀਦੀ ਨਿਸ਼ਾਨੀਆਂ। ਖੁਸ਼ ਬਹੁਤ ਹਾਂ, ਖੁਸ਼ ਤਾਂ ਅਸੀਂ ਬਹੁਤ ਹਾਂ। ਹਾਂ, ਪਰਮਾਤਮਾ ਇਹ ਕਰੇ ਵੀ ਸਾਰਿਆਂ ਨੂੰ ਸਾਨੂੰ ਹਿੰਮਤ ਦੇਵੇ, ਬਲ ਬਖਸ਼ੇ ਕਿ ਅਸੀਂ ਉਹਨਾਂ ਦਾ ਸਹਿਯੋਗ ਦੇ ਕੇ ਗੁਰੂ ਘਰਾਂ ਦੀ ਅਸੀਂ ਹੈਲਪ ਕਰ ਸਕੀਏ ਸਾਰੇ ਜਣੇ ਰਲ ਕੇ। ਹਾਂ, ਅਸੀਂ ਇਹ ਚਾਹੁੰਦੇ ਹਾਂ, ਅਸੀਂ ਇਹ ਸੰਦੇਸ਼ਾ ਦਿੰਦੇ ਸਾਰੇ ਰਲ ਕੇ, ਇਕੱਲਾ ਤਾਂ ਕੋਈ ਕਰ ਨਹੀਂ ਸਕਦਾ, ਸਾਰੇ ਰਲ ਕੇ ਹਮਲਾ ਮਾਰਨ ਤਾਂ ਕਿ ਸਾਡੇ ਗੁਰੂ ਘਰਾਂ ਦੀਆਂ ਜਿਹੜੀਆਂ ਹਾਲਤਾਂ ਸੋਹਣੇ ਬਣ ਜਾਣ, ਨਾਈਸ ਬਣ ਜਾਣ। ਸੰਸਾਰ ਦੇ ਸਮਸਤ ਸਿੱਖਾਂ ਨੂੰ ਇੱਥੇ ਆ ਕੇ ਆਪਣੇ ਸਥਾਨ ਵੇਖਣੇ ਚਾਹੀਦੇ ਨੇ ਅਤੇ ਉਹਨਾਂ ਦੀ ਸਾਂਭ ਕਰਨੀ ਚਾਹੀਦੀ ਹੈ। ਇੱਕ ਬੰਦੇ ਦਾ ਕੰਮ ਨਹੀਂ, ਸਾਰੇ ਪੰਥ ਦਾ ਕੰਮ ਹੈ। If you come to the historical background of Nankana Sahib, then we can come to know that this was a place where the founder of Sikh religion, Baba Guru Nanak Ji, took a birth. And after that, Baba Guru Nanak Ji had a life that was lived in the first 15 years. Baba Guru Nanak Ji was playing in the streets. After that, his friends, Pai Mardana Ji, also got there. That's why Baba Guru Nanak Ji had a life that was lived in the life. Wherever he went, there were people who had a tawheed, masawat, a message. So Baba Guru Nanak Ji had one word for people, ਕਿ ਲੋਕਾਂ ਨੂੰ ਮਿਲ ਮਿਲਾਓ, ਜਿਹੜੀ ਜ਼ਾਤ ਪਾਤ ਊਚ ਨੀਚੇ ਉਹਨੂੰ ਘਟਾਓ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਉਹ ਮੈਸੇਜ ਲੈ ਕੇ ਬਾਬਾ ਗੁਰੂ ਨਾਨਕ ਜੀ ਨਿਕਲੇ। ਸੋ ਇਹ ਧਰਤੀ ਜਿੱਥੇ ਅਸੀਂ ਆਜ ਮੌਜੂਦ ਹੈ, ਜਨਮ ਅਸਥਾਨ ਨਨਕਾਣਾ ਸਾਹਿਬ ਜਾਂ ਨਨਕਾਣਾ ਸਾਹਿਬ ਦੀ ਪੂਰੀ ਧਰਤੀ ਜਿਹੜੀ ਹੈ, ਇਹ ਪਵਿੱਤਰ ਧਰਤੀ, ਇਸ ਕਰਕੇ ਕਿ ਇੱਥੇ ਸਿੱਖ ਜਗਤ ਦੇ ਬਾਣੀ ਬਾਬਾ ਗੁਰੂ ਨਾਨਕ ਜੀ ਨੇ ਇੱਥੇ ਅਵਤਾਰ ਧਾਰਿਆ ਸੀ, ਇੱਥੇ ਉਹਨਾਂ ਦਾ ਜਨਮ ਹੋਇਆ ਸੀ। ਅਤੇ ਉਹ ਤੋਂ ਇਲਾਵਾ ਅਸੀਂ ਇਸ ਗੁਰਦੁਆਰੇ ਦੀ, ਇਸ ਸ਼ਹਿਰ ਦੀ, ਇਸ ਕਰਕੇ ਵੀ ਮਹਾਨਤਾ ਕਰਦੇ ਹਾਂ ਕਿ ਰਾਏ ਬੋਲਾਰ ਜੀ ਨੇ, ਜਿਨ੍ਹਾਂ ਦੀ ਤਲਵੰਡੀ ਸੀ, ਜਿਨ੍ਹਾਂ ਦੀ ਜਾਗੀਰ ਸੀ, ਦੇਅਰ ਫੋਰ ਫਾਦਰ ਵਾਜ਼ ਦ ਰੂਲਰ ਆਫ ਦਿਸ ਏਰੀਆ, ਬਟ ਦੇ ਡੋਨੇਟ ਦਿਸ ਹੋਲ ਸਿਟੀ ਟੂ ਬਾਬਾ ਗੁਰੂ ਨਾਨਕ ਜੀ ਐਂਡ ਕਾਲ ਲਿਮ ਇਜ਼ ਨਨਕਾਣਾ, ਯਾਨੀ ਨਾਨਕ ਕਾ ਆਨਾ। ਸੋ ਉਸ ਰਾਹੀਂ ਅਸੀਂ ਇਹਨੂੰ ਰਿਲੀਜੀਅਸ ਸਿਟੀ ਵੀ ਕਹਿ ਸਕਦੇ ਅਤੇ ਧਾਰਮਿਕ ਸਿਟੀ ਵੀ ਹੈ। ਜਿਹੜੇ ਪ੍ਰਦੇਸ਼ਾਂ ਵਿੱਚ ਸਿੱਖ ਰਹਿੰਦੇ ਆ ਜਾਂ ਸਦਕੀ ਸਿੱਖ ਇੰਡੀਆ 'ਚ ਰਹਿੰਦੇ ਆ, ਉਹ ਸਾਰੇ ਇੱਕ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹੀ ਆ, ਰਾਈਟ? ਅਤੇ ਜਨਰਲ ਜਿਹੜੀ ਹੈਗੀ ਹੈ ਪਾਪੂਲੇਸ਼ਨ ਉੱਪਰ ਥੱਲੇ ਜਾਂਦੀ ਰਹਿੰਦੀ ਹੈ ਟ੍ਰੈਂਡ ਜਿਹੜਾ ਹੈਗਾ। ਅਤੇ ਪ੍ਰਦੇਸ਼ਾਂ ਵਿੱਚ ਜਿਹੜੇ ਅਸੀਂ ਸਿੱਖ ਆਏ ਹਾਂ, ਸਾਡਾ ਮਨ ਔਰ ਚੈਤ ਔਰ ਲਾਈਫ ਜਿਹੜੀ ਆ ਬਹੁਤ ਸਿੱਖਾਂ ਨੇ ਡੈਡੀਕੇਟ ਕੀਤੀ ਆ ਸਿੱਖ ਪੰਥ ਦੀ ਸੇਵਾ ਲਈ। ਰਹੀ ਕੋਈ ਵੀ ਕਿਸ ਸੇਵਾ ਵਿੱਚ ਹੈ, ਉਹ ਬੜੇ ਉਤਸ਼ਾਹ ਨਾਲ, ਬੜੇ ਪ੍ਰੇਮ ਨਾਲ, ਸਿਦਕ ਨਾਲ ਕੌਮ ਦੀ ਸੇਵਾ ਕਰ ਰਿਹਾ। ਗਵਰਨਮੈਂਟ ਜਿਹੜੀ ਹੋਈ ਆ ਉਹ ਸਟਾਰਟ ਹੋਈ ਆ 1998 ਤੋਂ, ਜਦੋਂ ਕਿ ਸ਼੍ਰੋਮਣੀ ਕਮੇਟੀ ਦਾ ਇੱਥੋਂ ਫੱਟਾ ਚੁੱਕਿਆ ਗਿਆ ਅਤੇ ਚੜਾਵਾ ਜਿਹੜਾ ਉਹ ਚੁੱਕ ਕੇ ਲੈ ਜਾਂਦੇ ਸੀ ਗੁਰਦੁਆਰੇ ਸਾਹਿਬਾਂ ਦੀ। ਬਹੁਤ ਹੀ ਹਾਲਾਤ ਖਰਾਬ ਸੀ ਇੱਥੇ, ਇੱਥੇ ਤੱਕ ਸੀ ਕਿ ਜਿਹੜੇ ਸਰੋਵਰ ਸੀਗੇ ਸੱਚਾ ਸੌਦਾ ਦੇ ਵਿੱਚ ਜਾਂ ਹੋਰ ਵੀ ਸਰੋਵਰ, ਉਹਨਾਂ ਵਿੱਚ ਮੱਝਾਂ ਗਾਈਆਂ ਬੜੀਆਂ ਹੁੰਦੀਆਂ ਸਨ ਅਤੇ ਹਾਲਾਤ ਬਹੁਤ ਖਰਾਬ ਸੀ ਗੁਰੂ ਘਰਾਂ ਦੀ। ਜਦੋਂ ਫਿਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਹੈ, ਉਸ ਤੋਂ ਬਾਅਦ ਬਾਹਰ ਦੇ ਸਿੱਖਾਂ ਨੇ ਬੜਾ ਉਪਰਾਲਾ ਕਰਕੇ, ਖਾਸ ਕਰਕੇ UK ਦੇ ਸਿੱਖਾਂ ਨੇ ਬੜਾ ਪੈਸਾ ਇੱਥੇ ਇਨਵੈਸਟਮੈਂਟ ਕੀਤਾ, ਤੰਬੂ ਸਾਹਿਬ ਦੇ ਵਿੱਚ ਰਹਿਸ਼ੀ ਬਿਲਡਿੰਗਾਂ ਤਿਆਰ ਕੀਤੀਆਂ ਅਤੇ ਸਾਰੇ ਗੁਰਦੁਆਰਿਆਂ ਦੀ ਜਿਹੜੀ ਇੱਕ ਹੋਇਆ ਪ੍ਰਬੰਧ ਹੋਇਆ ਅਤੇ ਬਹੁਤ ਸ਼ਲਾਘਾਯੋਗ। ਸਾਨੂੰ ਸਭ ਤੋਂ ਵੱਡੀ ਘਾਟ ਜਿਹੜੀ ਇੱਥੇ ਮਹਿਸੂਸ ਹੋਈ ਹੈਗੀ ਵੀ ਇੱਕ ਤਾਂ ਜਿੰਨੀ ਸੰਗਤ ਹੈਗੀ ਹੈ ਉਸ ਹਿਸਾਬ ਨਾਲ ਬੰਦੋਬਸਤ, ਯਾਨੀ ਕਮਰਿਆਂ ਦਾ ਰਹਿਣ ਰਹਿਣ ਦਾ ਬੰਦੋਬਸਤ ਘੱਟ ਹੈਗਾ, ਫਿਰ ਵੀ ਇਹਦੇ ਨਾਲ ਕੀ ਹੈ ਜਿੰਨਾ ਤੁਸੀਂ ਉਪਰਾਲਾ ਕਰ ਰਹੇ ਹੋਗੇ ਸਾਡਾ, ਅਸੀਂ ਸਮਝੋਗੇ ਬਹੁਤ ਜ਼ਿਆਦਾ ਤੁਸੀਂ ਉਪਰਾਲਾ ਕਰ ਰਹੇ ਹੋਗੇ, ਤਾਂ ਪਰਮਾਤਮਾ ਤੁਹਾਨੂੰ ਹੋਰ ਵੀ ਇਹਦੇ ਨਾਲ ਜ਼ਿਆਦਾ ਉਪਰਾਲਾ ਕਰਨ ਵਾਸਤੇ ਉੱਦਮ ਦੇਵੇ। ਅਤੇ ਅਸੀਂ ਸੋਚਦੇ ਹਾਂ ਵੀ ਅਗਲੀ ਵਾਰ ਜਦੋਂ ਅਸੀਂ ਆਈਏ ਇਹਦੇ ਨਾਲ ਵਧੀਆ ਰੌਣਕਾਂ ਲੱਗੀਆਂ ਹੋਣ ਅਤੇ ਵਧੀਆ ਕਮਰੇ ਵਰਤਾ ਕੇ ਯਾਤਰੀਆਂ ਨੂੰ ਕਿਸੇ ਕਿਸਮ ਦਾ ਕੋਈ ਦਿਨਾਗੀ ਹੈ ਇੱਥੇ ਆਣ ਕੇ ਤੰਗੀ ਨਾ ਹੋਵੇ, ਵੀ ਅਗਲਾ ਇਹ ਸੋਚਿਆ ਆਣ ਗਿਆ ਵੀ ਹਾਂ ਮੈਂ ਕਿਸੇ ਥਾਂ 'ਤੇ ਗਿਆ ਸੀ ਅਤੇ ਮੈਨੂੰ ਪੂਰਾ ਆਰਾਮ ਵੀ ਮਿਲਿਆ ਹੈਗਾ ਅਤੇ ਦਰਸ਼ਨ ਵੀ ਮੈਂ ਪੂਰਾ ਕਰ ਗਿਆ ਹੈਗਾ। ਇੱਥੇ ਆਉਂਦੇ ਹੀ ਮੇਰੀਆਂ ਅੱਖਾਂ ਖੁਸ਼ੀ ਦੇ ਨਾਲ ਭਰ ਗਈਆਂ ਹਨ, ਮੈਨੂੰ ਕੋਈ ਰਹਿਣ ਦੀ ਜਗ੍ਹਾ ਕੋਈ ਕਿਸੇ ਤਰੀਕੇ ਦੀ ਲੋੜ ਮਹਿਸੂਸ ਨਹੀਂ, ਜਦੋਂ ਇਸ ਜਗ੍ਹਾ ਦੇ ਦਰਸ਼ਨ ਕਰ ਲਏ ਤਾਂ ਮੈਨੂੰ ਸਭ ਕੁਛ ਹੀ ਮਿਲ ਗਿਆ। ਔਰ ਮੈਂ ਆਸ ਕਰਦੀ ਹਾਂ ਤੁਹਾਡੇ ਵਰਗੇ ਵੀਰ ਪਰਮਾਤਮਾ ਗੁਰੂ ਨਾਨਕ ਸਾਹਿਬ ਹੋਰ ਵੀ ਇਹੋ ਜਿਹੇ ਵੀਰ ਸਾਡੇ ਲਿਆਉਣ ਜਿਹੜੇ ਕਿ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਕਰਦੇ ਰਹਿਣ ਅਤੇ ਇਹੋ ਜਿਹੀਆਂ ਸੰਸਥਾਵਾਂ ਬਣਾ ਕੇ, ਸਰਾਵਾਂ ਬਣਾ ਕੇ ਸਾਰੀ ਸਿੱਖ ਸੰਗਤ ਨੂੰ ਮਾਨਵਤਾ ਦਾ ਸੰਦੇਸ਼ ਦਿੰਦੇ ਰਹਿੰਦੇ। ਅਸੀਂ ਅਗਰ ਜਨਮ ਅਸਥਾਨ ਦੇ ਪ੍ਰੈਮਿਸਿਸ ਦਾ ਜ਼ਿਕਰ ਕਰੀਏ ਤਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ ਵਿੱਚ 700 acres ਜ਼ਮੀਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਸ ਜਨਮ ਅਸਥਾਨ ਨੂੰ ਡੋਨੇਟ ਕੀਤੀ। ਉਹ ਪਹਿਲਾ ਪੁਆਇੰਟ ਸੀ ਸਿੱਖ ਹਿਸਟਰੀ ਵਿੱਚ ਜਿੱਥੇ ਗੁਰਦੁਆਰੇ ਦੇ ਪ੍ਰੈਮਿਸਿਸ ਨੂੰ ਐਕਸਕਲੂਡ ਕੀਤਾ ਗਿਆ, ਵੱਡਾ ਕੀਤਾ ਗਿਆ। ਉਹਦੇ ਵਿੱਚ ਪਹਿਲੇ ਮਹਾਰਾਜਾ ਰਣਜੀਤ ਸਿੰਘ ਨੇ 700 acres ਜ਼ਮੀਨ ਆਪਣੀ ਪਰਸਨਲ ਪ੍ਰੋਪਰਟੀ ਤੋਂ ਖਰੀਦ ਕੇ ਦਾਨ ਕੀਤੀ ਗੁਰਦੁਆਰੇ ਵਾਸਤੇ। ਉਦੋਂ ਬਾਅਦ ਗੁਰਦੁਆਰੇ 'ਚ ਜਿੱਥੇ ਜਿੱਥੇ ਅਸੀਂ ਜਾਈਏ ਵੱਡੇ ਵੱਡੇ ਬਿਲਡਿੰਗ ਸਰਾਹ ਵਗੈਰਾ, ਉਹ ਉਸ ਦੌਰ ਤੋਂ ਬਾਅਦ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਦੇ ਇਹ
ਕੰਟਰੀਬਿਊਸ਼ਨ ਵੀ ਹੈ ਅਤੇ ਇਹ ਜਿਹੜੀ ਤੁਹਾਨੂੰ ਇਮਾਰਤ ਨਜ਼ਰ ਆ ਰਹੀ ਹੈ ਦਸ ਨਿਊ ਬਿਲਡਿੰਗ ਇਹਦੇ ਰੀਕੰਸਟਰਕਸ਼ਨ ਤਾਂ ਹੋ ਰਹੀ ਹੈ ਲੇਕਿਨ ਜਿਹੜੀ ਪਹਿਲੀ ਕੰਸਟਰਕਸ਼ਨ ਮਹਾਰਾਜਾ ਰਣਜੀਤ ਸਿੰਘ ਨੇ ਕੀਤੀ ਉਹ ਅੱਜ ਵੀ ਇੱਥੇ ਆਪਣੇ ਦੌਰ 'ਚ ਮੌਜੂਦ ਹੈ ਅਤੇ ਅਸੀਂ ਅੱਜ ਮੌਜੂਦ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 542ਵਾਂ ਜਨਮ ਦਿਨ 'ਤੇ ਇੱਥੇ ਬਾਹਰ ਵੀ ਜਿੱਥੇ ਬਾਹਰੋਂ ਵੀ ਸਿੱਖ ਆਏ ਨੇ ਅਤੇ ਪਾਕਿਸਤਾਨੀ ਸੰਗਤ ਵੀ ਹੈ ਅਤੇ ਫਰਦਰ ਵੀ ਤੁਹਾਨੂੰ ਅਸੀਂ ਗੁਰਦੁਆਰੇ ਦੇ ਗੁਰਪੁਰਬ ਦੇ ਜਿਹੜੇ ਯਾਤਰਾ ਲੋਕ ਕਰਦੇ ਨੇ ਜਿਨ੍ਹਾਂ ਉਹਨਾਂ ਦੇ ਵਿਚਾਰ ਨੇ ਉਹ ਵੀ ਪੇਸ਼ ਕਰਨਗੇ ਅਤੇ ਨਾਲ ਹੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਾਬਾ ਗੁਰੂ ਨਾਨਕ ਜੀ ਦਾ ਜਨਮ ਦਿਨ ਨਨਕਾਣਾ ਸਾਹਿਬ ਕਿਵੇਂ ਮਨਾਇਆ ਜਾ ਰਿਹਾ ਹੈ ਸੋ ਸਟੇ ਵਿਦ ਅਸ ਗੋਟ ਅ ਵਿਊਜ਼ ਆਫ ਲੋਟਸ ਆਫ ਪੀਪਲ ਐਂਡ ਅ ਮਿਕਸ ਫੀਲਿੰਗ ਮੋਸਟਲੀ ਪਲੇਜ਼ੈਂਟ ਐਂਡ ਵੈਲਕਮਿੰਗ ਐਂਡ ਵਾਰਮ ਐਂਡ ਗ੍ਰੇਸ਼ੀਅਸ ਬਟ ਅ ਫਿਊ ਵਰਡਸ ਆਫ ਓਬਵੀਅਸ ਕੰਸਰਨ ਐਂਡ ਕੋਸ਼ਨ ਦੈਟ ਦੇਰ ਇਜ਼ ਓਵਰ 200 known mainstream historic shrines in Pakistan. It's estimated that about 40% of our Sikh history is based in Pakistan today, and it's only sort of really the four sort of main four or five Gurdwara sahibs, you know, Kirtpur sahib, Panja sahib, Dera sahib, Nankana sahib, that have really been taken care of, and others seem to have just been done lip service, you know, Pai Mani Singh, General Hari Singh Narua, Maharaja Ranjit Singh, Pai Mag, Mai Pago, Benanki, and so many other Varnjog names that are part of our modern and historic original Sikh history seem to have just been given lip service so far. But from the work and progress that's taken place over the last sort of 5-6 years here in Nankana Sahib, Janmasthan, Gurdwara Sahib especially, one would hope that if that could transpire across to the other 200 plus historic shrines, that there would be a lot more of a greater reason for Sikhs to come here. But individually and collectively we have a responsibility too, that you know, we can't just rely on the same people to continuously doing the same work. You know, coming to see that there's estimated about just over a couple hundred from UK and Europe, which is way, way below par, you know, considering just that over 2,000 people go to Amritsar Airport every day. It's well over 500,000 people, and not even 1,000 people coming to Nankana Sahib on Guru Nanak Dev Ji's birthday from UK and Europe, where we're over 2.5 million. I haven't met a Canadian or American or African or Australian Sikh today at all. But there is a long way for us to go, but it's a path that we should cherish and relish to step foot on. So all in all, it's been a good day, and I'd like to thank again the organizers of the events here and the team that's brought us on board, and hopefully we can have a good couple of days coming up tomorrow and following on as well.